ਭਾਰਤ ਫਸੇ ਨਿਊਜ਼ੀਲੈਂਡ ਵਾਸੀਆਂ ਲਈ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਵੱਲੋਂ ਕੋਈ ਚੰਗਾ ਸੁਨੇਹਾ ਨਹੀਂ ਹੈ। ਉਹਨਾਂ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਭਾਰਤ ਵਿੱਚ ਫਸੇ ਨਿਊਜ਼ੀਲੈਂਡ ਵਾਸੀਆਂ ਨੂੰ ਕੱਢਣ ਲਈ ਇਸ ਵੇਲੇ ਵਿਸ਼ੇਸ਼ ਚਾਰਟਰ ਉਡਾਣਾਂ ਭੇਜਣ ਸੰਬੰਧੀ ਕੋਈ ਯੋਜਨਾ ਨਹੀਂ ਬਣਾਈ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਉਹਨਾਂ ਇੱਕ ਰੇਡੀਓ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਹੈ। ਉਹਨਾਂ ਕਿਹਾ ਕਿ ਕਮਰਸ਼ੀਅਲ ਆਪਰੇਟਰਾਂ ਦੀ ਮੂਵਮੈਂਟ 'ਤੇ ਸਰਕਾਰ ਧਿਆਨ ਰੱਖ ਰਹੀ ਹੈ ਕਿਉਂਕਿ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਕਮਰਸ਼ੀਅਲ ਆਪਰੇਟਰਾਂ ਦਾ ਅਹਿਮ ਕਿਰਦਾਰ ਰਹੇਗਾ। ਇਸ ਤੋਂ ਇਲਾਵਾ ਭਾਰਤ ਦੇ ਮੌਜੂਦਾ ਹਾਲਾਤਾਂ 'ਤੇ ਵੀ ਨਿਗਾਹ ਰੱਖੀ ਜਾ ਰਹੀ ਹੈ, ਇਸ ਲਈ ਮਾਹਿਰਾਂ ਨਾਲ ਗੱਲਬਾਤ ਵੀ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਅਜਿਹੇ ਫੈਸਲੇ ਲਈ ਮਾਹਿਰ ਦੀ ਸਲਾਹ ਲੈਣੀ ਬਹੁਤ ਅਹਿਮ ਰਹੇਗੀ। ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਨੂੰ ਭਾਰਤ ਵਿੱਚ 4,01,078 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਸਨ ਅਤੇ ਇਸ ਕਰਕੇ 4,187 ਮੌਤਾਂ ਵੀ ਹੋਈਆਂ ਸਨ। ਇਸ ਗੱਲਬਾਤ ਦੌਰਾਨ ਉਹਨਾਂ ਫੀਜੀ ਵਿੱਚ ਦੁਬਾਰਾ ਤੋਂ ਸਾਹਮਣੇ ਆਏ ਕੇਸਾਂ 'ਤੇ ਵੀ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਦੀ ਸਰਕਾਰ ਵੈਕਸੀਨ ਸੰਬੰਧੀ ਫੀਜੀ ਦੀ ਮਦਦ ਵੀ ਕਰੇਗੀ। ਫੀਜੀ ਦੇ ਮੁੱਖ ਕੇਂਦਰ ਸੇਵਾ ਅਤੇ ਨਸੋਰੀ ਵਿੱਚ ਸ਼ੁੱਕਰਵਾਰ ਤੋਂ 77 ਘੰਟਿਆਂ ਦਾ ਲੌਕਡਾਊਨ ਲੱਗਣ ਜਾ ਰਿਹਾ ਹੈ। ਫੀਜੀ ਵਿੱਚ 7 ਅਪ੍ਰੈਲ ਤੋਂ ਦੁਬਾਰਾ ਤੋਂ ਕੇਸ ਸਾਹਮਣੇ ਆਉਣ ਲੱਗ ਗਏ ਸਨ ਅਤੇ ਇਸ ਵੇਲੇ ਫੀਜੀ ਵਿੱਚ 79 ਕੇਸ ਸਾਹਮਣੇ ਆ ਚੁੱਕੇ ਨੇ। ਬਿਊਰੋ ਰਿਪੋਰਟ, ਐਨਜ਼ੈਡ ਪੰਜਾਬੀ ਨਿਊਜ਼।